ਓਕੇ ਸਤਿ ਸ੍ਰੀ ਅਕਾਲ ਕਿੱਦਾਂ ਜੀ ਘੈਂਟ ਹੋ ਸਾਰੇ ਫੁਕਰੀ ਆ ਗਈ ਓਏ ਸਤੋਂ ਪੈਰੀ ਇੱਕੋ ਚੀਜ਼ ਲੱਗੀ ਰਹੂਗੀ ਓਕੇ ਜੀ ਹੋਰ ਸਾਰੇ ਠੀਕ ਠਾਕ ਹੋ ਸੈੱਟ ਆ ਸਾਰਾ ਮਾਹੌਲ ਵਧੀਆ ਠੀਕ ਹੋ ਓਕੇ ਤੁਹਾਨੂੰ ਦੱਸ ਦਵਾਂ ਅੱਜ ਸੀਗਾ ਬਾਈ ਦਾ ਬਰਥਡੇ ਅਤੇ ਜਿਹੜਾ ਬਾਈ ਦਾ ਸੀ ਨਾ ਕੇਕ ਅਸੀਂ ਇੱਕ ਤਾਂ ਇੱਥੇ ਕੱਟ ਲਿਆ ਸੀ ਤੁਹਾਨੂੰ ਮੈਂ ਦੱਸਦਾ ਸਾਰੀ ਕਹਾਣੀ ਕੀ ਹੋਈ ਪਹਿਲਾਂ ਤੁਹਾਨੂੰ ਕੇਕ ਖਵਾਉਣਾ ਜਿਹੜਾ ਅਸੀਂ ਕੱਟਿਆ ਸੀ ਆਹ ਵਾਲਾ ਅਸੀਂ ਕੇਕ ਲਿਆਇਆ ਸੀਗਾ ਠੀਕ ਆ ਅਤੇ ਉਹ ਕੋਈ ਨਹੀਂ ਫਰਜ ਦੇਖ ਲਾਰੇ ਨੂੰ ਕੀ ਅਤੇ ਅਸੀਂ ਕੀ ਕੀਤਾ ਅਸੀਂ ਕੇਕ ਇੱਥੇ ਕੱਟਤਾ ਅਤੇ ਬਾਈ ਨੂੰ ਇਹ ਲੱਗਿਆ ਵੀ ਬਸ ਟੋਲੀ ਕਰਨਾ ਕੇਕ ਕੱਟਤਾ ਗੱਲ ਖਤਮ ਠੀਕ ਆ ਕੇਕ ਕੱਟਿਆ ਗਿਆ ਅਤੇ ਅਸਲ ਮੈਂ ਅਸੀਂ ਕੀ ਕੀਤਾ ਅਸੀਂ ਉੱਥੇ ਬਾਈ ਵਾਸਤੇ ਇੱਕ ਘੈਂਟ ਜਿਹਾ ਕੇਕ ਬਣਵਾ ਕੇ ਅਤੇ ਉੱਥੇ ਘਰੇ ਭੇਜਿਆ ਅਤੇ ਬਾਈ ਉਹਨੂੰ ਵੇਖ ਕੇ ਹੋਰ ਵੀ ਸ਼ੌਕਡ ਹੋ ਗਿਆ ਅਤੇ ਉਹ ਤਾਂ ਮੈਂ ਕਹਿੰਦਾ ਵੱਖਰੀ ਚੀਜ਼ ਹੀ ਸੀ ਉਹ ਵੀ ਇਹ ਚ ਐਡ ਕਰਦਾ ਮੈਂ ਠੀਕ ਆ ਅਤੇ ਉਹ ਤੁਸੀਂ ਵੇਖੋ ਅਤੇ ਉਦੋਂ ਬਾਅਦ 'ਚ ਅਸੀਂ ਨਿਕਲਦੇ ਹਾਂ ਅੱਜ ਨਾ ਸਾਡੇ ਘਰਾਂ ਦੇ ਕੋਲ ਜਿਹੜੀ ਜਗ੍ਹਾ ਅਸੀਂ ਰਹਿੰਦੇ ਪਏ ਹਾਂ ਅਤੇ ਉੱਥੇ ਇੱਕ ਐਡੀ ਘੈਂਟ ਵਿਊ ਵਾਲੀ ਲੇਕ ਨਾ ਐਡੀ ਜ਼ਬਰਦਸਤ ਲੇਕ ਨਾ ਮੂੰਹ ਬਿਆਨ ਕਰਨ ਦਾ ਕੀ ਆਈਡੀਆ ਤੁਹਾਨੂੰ ਉੱਥੇ ਲੈ ਕੇ ਚੱਲਦਾ ਠੀਕ ਆ ਸ਼ੁਰੂ ਤੋਂ ਰੱਬ ਦੀ ਮਿਹਰ ਨਾਲ ਸੁੱਕੀ ਜਾਂਦੀ ਹਾਂ ਤੇ ਹੁਣ ਮਤਲਬ ਹੁਣ ਏਦਾਂ ਜਾਂਦਾ ਨਾ ਜਿਵੇਂ ਅਸੀਂ ਦੂਰ ਆ ਕੇ ਬਹਿ ਗਏ ਤੇ ਬਾਈ ਉਰੇ ਉੱਥੇ ਆ ਫਿਰ ਵੀ ਕਿਤੇ ਨਾ ਕਿਤੇ ਕਮੀ ਤਾਂ ਫੀਲ ਹੁੰਦੀ ਹੋਈ ਆ ਵੀ ਇੱਕ ਮਤਲਬ ਕਹਿੰਦੇ ਨਾ ਦਰਖਤ ਦੀ ਟਾਹਣੀ ਟੁੱਟ ਕੇ ਮੜੀ ਪਰਾਂ ਹੋ ਕੇ ਬਹਿ ਜਾਣੀ ਫਰਕ ਤਾਂ ਪੈਂਦਾ ਹੀ ਆ ਤੇ ਪਰ ਫਿਰ ਵੀ ਅਸੀਂ ਉਵੇਂ ਨਹੀਂ ਆਪਦੇ ਆਪ ਨੂੰ ਕੋਸ਼ਿਸ਼ ਕਰਦੇ ਨੇ ਇਕੱਠੇ ਬਣ ਕੇ ਇਕੱਠੇ ਹੀ ਆ ਅਸੀਂ ਇਕੱਠੇ ਸੀ ਉਹ ਅਸੀਂ ਇਕੱਠੇ ਹੀ ਆ ਮਤਲਬ ਜਿਹੜੀਆਂ ਟਾਹਣੀਆਂ ਦੂਰ ਹੋ ਕੇ ਮਤਲਬ ਲੱਗ ਜਾਂਦੀਆਂ ਉਹ ਹਿਸਾਬ ਹੋਇਆ ਪਿਆ ਮਤਲਬ ਕਿ ਦਿਲ ਦੇ ਨੇੜੇ ਹੋਣੇ ਜ਼ਰੂਰੀ ਬਸ ਅਸੀਂ ਦਿਲ ਦੇ ਨੇੜੇ ਆ ਕੀ ਆ ਬੜੀ ਚਲੋ ਹੁਣ ਬਾਹਰ ਨਿਕਲਦਾ ਤੁਹਾਨੂੰ ਘੈਂਟ ਜਿਹਾ ਵਿਊ ਦਿਖਾਉਣਾ ਠੀਕ ਆ ਉਹੀ ਤਾਂ ਗੱਲ ਆ ਕੋਈ ਨੀ ਕੋਈ ਕੱਟਿਆ ਜਾਊਗਾ ਵੀਰ ਜੀ ਕੱਟਿਆ ਜਾਊਗਾ ਉਹ ਵੀਰ ਜੀ ਦੀ ਸ਼ਕਲ ਤਾਂ ਦਿਖਾ ਦੋ ਹੈਪੀ ਬਰਥਡੇ ਵੀਰ ਜੀ ਹੈਪੀ ਬਰਥਡੇ ਅੱਛਾ ਮੇਰੀ ਗੱਲ ਸੁਣੋ ਕੇਕ ਵੇਖ ਲਿਆ ਕੇਕ ਦਿਖਾਓ ਬੈਕ ਕੈਮਰਾ ਆਨ ਕਰੋ ਬੈਕ ਕੈਮਰਾ ਆਨ ਕਰੋ ਘੈਂਟ ਬਣਿਆ ਨਾ ਵੀਰ ਜੀ ਦੁਕਾਨ ਤੇ ਉਹਦੇ ਕਦੀ ਗੱਲ ਆ ਵੀਰ ਜੀ ਹੋਰ ਸੁਣਾਓ ਲਵ ਯੂ ਟੂ ਮਚ ਕੱਟੋ ਕੱਟੋ ਬੈਕ ਕੈਮਰਾ ਆਨ ਕਰ ਲਓ ਤੋਲੋ 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 ਆਏ ਆਏ ਘੈਂਟ ਲਾ ਦੋ ਕੇਕ ਸਹੀ ਗੱਲ ਫੋਟੋ ਅੱਧੀ ਕੱਟਦੀ ਯਾਰ ਉਹਨਾਂ ਨੇ ਨੇੜੇ ਕਰਿਓ ਅੱਧੀ ਫੋਟੋ ਤਾਂ ਕੱਟ ਲੈ ਜਿਹਦਾ ਬਰਥਡੇ ਸੀ ਉਹਦੀ ਅੱਧੀ ਕੱਟਦੀ ਤੇ ਜਾ ਕੇ ਮੇਰੀ ਪੂਰੀ ਕਰਦੀ ਹਾਂ ਤੇ ਪਰ ਉਹ ਨੀਵੀਂ ਕਰ ਦਿੰਦੇ ਥੋੜੀ ਜੀ ਪਟਾਕਾ ਨਾ ਚੱਲ ਜੇ ਵੇਖੀ ਕਿਤੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਓ ਹੈਪੀ ਬਰਥਡੇ ਟੂ ਵੀਰ ਜੀ ਹੈਪੀ ਬਰਥਡੇ ਟੂ ਯੂ ਕਲੈਪਿੰਗ ਹੈਪੀ ਬਰਥਡੇ ਰੂਪੂ ਨੇ ਮੂੰਹ ਕੇ ਵੱਡੇ ਦੇਖੇ ਵੈਲਕਮ ਥੈਂਕ ਯੂ ਵੀਰ ਜੀ ਲਵ ਯੂ ਟੂ ਮਚ ਹੋਰ ਵੀ ਸਰਪ੍ਰਾਈਜ਼ ਹੈ ਵੀਰ ਜੀ ਖੜ ਜਾਓ ਖੜ ਜਾਓ ਵੀਰ ਜੀ ਕਮਲੀ ਆ ਵੀਰ ਜੀ ਆ ਖੋਲੋ ਪਹਿਲਾਂ ਵੀਰ ਜੀ ਆ ਖੋਲੋ ਪਲੀਜ਼ ਓਕੇ ਜੀ ਅਸੀਂ ਆਪਦੇ ਘਰ ਤੋਂ ਬਾਹਰ ਨਿਕਲ ਗਏ ਹਾਂ ਠੀਕ ਹੈ ਇਹ ਤਾਂ ਮੈਨੂੰ ਗੱਡੀਆਂ ਪਤਾ ਗੱਡੀਆਂ ਵਧੀਆ ਲੱਗਦੀਆਂ ਆਹ ਗੱਡੀ ਨਾ ਇੱਕ ਨਿੱਕੀ ਜੀ ਇੱਕ ਮੈਨੂੰ ਸਭ ਤੋਂ ਜਿਹੜੀ ਵਧੀਆ ਲੱਗਦੀ ਜਿਹੜੀ ਜਮਾਂ ਕੋਕਾ ਜੀ ਗੱਡੀ ਆ ਤੁਹਾਨੂੰ ਦਿਖਾਉਣਾ ਉਹ ਤਾਂ ਜਮਾਂ ਐਡੀ ਕੁ ਨਾ ਜਿਵੇਂ ਉਹ ਪੁਰਾਣੀਆਂ ਫਿਲਮਾਂ ਜਿਹੀ 'ਚ ਨਹੀਂ ਹੁੰਦੀ ਇਹ ਆਹ ਖੜੀ ਇਹ ਐਂ ਲੱਗਦੀ ਹੁੰਦੀ ਆ ਵੀ ਬੜੀ ਘੈਂਟ ਜਿਹੀ ਚੀਜ਼ ਆ ਮਤਲਬ ਜਦੋਂ ਜਿੱਧਰੋਂ ਕਿਤੇ ਬੰਦਾ ਜਾਊਗਾ ਨਾ ਤਾਂ ਜਮਾਂ ਡਿਫਰੈਂਟ ਜਿਹੀ ਲੱਗੂਗੀ ਲੋਕ ਵੇਖਣਗੇ ਖੜ ਖੜ ਕੇ ਅਤੇ ਉੱਤੇ ਨੂੰ ਚੱਕਮਾ ਜਾ ਉਹ ਕਿਰਾਇਆ ਹੋਵੇ ਸਟਿੱਕਰ ਸਟੁੱਕਰ ਜੇ ਲਾਏ ਹੁਣ ਤਾਂ ਕੋਕਾ ਹੀ ਲੱਗੂ ਅਤੇ ਓਕੇ ਜਿਹੜਾ ਸਾਡਾ ਰਸਤਾ ਨਾ ਇੱਧਰ ਸਾਹਮਣੇ ਥੋੜ੍ਹੀ ਦੂਰ ਹੀ ਜਾ ਕੇ ਨਾ
ਉਹ ਜਿਹੜੀ ਲੇਕ ਹੈਗੀ ਹੈ ਘੈਂਟ ਦੀ ਤੇ ਉਹ ਤੁਹਾਨੂੰ ਦਿਖਾਉਣੇ ਆ ਦਿਖਾਉਣੇ ਕੀ ਅਸੀਂ ਵੀ ਵੇਖੇ ਉਹਨਾਂ ਅਸੀਂ ਰਾਤ ਵੇਖ ਕੇ ਅਸੀਂ ਅਸੀਂ ਰਾਤ ਵੇਖ ਕੇ ਆਏ ਸੀ ਸੋਚਿਆ ਦਿਨੇ ਜਾ ਕੇ ਵਿਊ ਵੇਖਾਂਗੇ ਕਿੱਦਾਂ ਦਾ ਲੱਗਦਾ ਕਿੱਦਾਂ ਦਾ ਨਹੀਂ ਲੱਗਦਾ ਯਾਰ ਇੱਕ ਗੱਲ ਸਮਝ ਨਹੀਂ ਆਉਂਦੀ ਐਡਾ ਵੱਡਾ ਕੈਨੇਡਾ ਸਾਰਾ ਹੀ ਖਾਲੀ ਪਤਾ ਨਹੀਂ ਲੋਕ ਨਿਕਲਦੇ ਨਹੀਂ ਯਾਰ ਆਹ ਦੇਖੋ ਐਡੀ ਵੱਡੀ ਕਲੋਨੀ ਆ ਕੋਈ ਬੰਦਾ ਨਹੀਂ ਨਾ ਤੁਹਾਨੂੰ ਕੋਈ ਨਹੀਂ ਹਾਂ ਇੰਨਾ ਜ਼ਰੂਰ ਸ਼ੀਸ਼ਿਆਂ ਵਿੱਚ ਵੀ ਸਾਰੇ ਝਾਕਦੇ ਹੋਣਗੇ ਕਿਉਂਕਿ ਅੰਦਰ ਬੈਠੇ ਹੁੰਦੇ ਸਾਰੇ ਉਵੇਂ ਵਹਿੰਦੇ ਪਰ ਬਾਹਰ ਨਹੀਂ ਨਿਕਲਦੇ ਕਿਉਂਕਿ ਟੋਟਲੀ ਸਾਰੀਆਂ ਗਲੀਆਂ ਖਾਲੀ ਪਈਆਂ ਯਾਰ ਉਹ ਆ ਗਿਆ ਸਾਹਮਣੇ ਉਹ ਲੇਕ ਵਾਲਾ ਪ੍ਰੋਗਰਾਮ ਘੈਂਟ ਦਾ ਵਿਊ ਸ਼ਾਮ ਦੀ ਨੂੰ ਬੜੀ ਰੌਣਕ ਜਿਹੀ ਸਾਹਮਣੇ ਲਾਈਟਾਂ ਜਗਦੀਆਂ ਸੀਗੀਆਂ ਅਤੇ ਉੱਧਰ ਪਾਣੀ ਛਲ ਛਲ ਜੀ ਕਰਦਾ ਕਿਉਂਕਿ ਅੱਜ ਪੱਤੀਆਂ ਪੁੱਤੀਆਂ ਹੀ ਫਿਰਦੀਆਂ ਸੀ ਆਹ ਸਾਰੇ ਘਰਾਂ ਦੇ ਲੋਕਰ ਆ ਬਾਈ ਜਿਹੜੀ ਕੋਈ ਮੇਲ ਆਉਂਦੀ ਆ ਬਾਹਰ ਇੱਥੇ ਲੋਕ 'ਚ ਆਉਂਦੀ ਆ ਹਰੇਕ ਘਰ ਨੂੰ ਇੱਕ ਇੱਕ ਬੋਕਸ ਦਿੱਤਾ ਵਾ ਇਹਨਾਂ ਨੇ ਆਹ ਕੀ ਦਿਖਾਵਾਂ ਦਿਖਾਵਾਂ ਕਿੱਡੀ ਘੱਟ ਲੱਗਦੀ ਆ ਆਹ ਦੇਖੋ ਯਾਰ ਘੈਂਟ ਕੰਮ ਹੀ ਆ ਪੂਰਾ ਠੀਕ ਆ ਫਿਰ ਅਤੇ ਇਹਦੇ ਆਸੇ ਪਾਸੇ ਨਾ ਜਿਵੇਂ ਪਾਰਕ ਜਿਹਾ ਬਣਿਆ ਵਾ ਜਿਵੇਂ ਕੋਈ ਵੀ ਬੰਦਾ ਸੈਰ ਸੂਰ ਕਰਨੀ ਹੈ ਕਿਸੇ ਨੇ ਅਤੇ ਉਹ ਜਿਵੇਂ ਦੂਰ ਤੱਕ ਬੈਠੇ ਹੋਏ ਅਤੇ ਧੁੱਪ ਸੇਕੀ ਆ ਧੁੱਪ ਨਹੀਂ ਸੇਕਦੇ ਮਤਲਬ ਕੋਈ ਸੈਰ ਸੂਰ ਕਰਨੀ ਨਹੀਂ ਜਿਵੇਂ ਕਿਸੇ ਨੇ ਤਾਂ ਵਧੀਆ ਲੱਗਦਾ ਨਾਲੇ ਪਾਣੀ ਦਾ ਰੌਣਕ ਵੀ ਬੜੇ ਵੱਖਰੀ ਹੁੰਦੀ ਆ ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜਿਹੜਾ ਲੇਕ ਵਿਊ ਬਣੀ ਵੀ ਹੈ ਨਾ ਜਿਹੜੇ ਲੇਕ ਦੇ ਆਸੇ ਪਾਸੇ ਸਾਰੇ ਘਰ ਆ ਦਿੰਦੇ ਪਏ ਆ ਇੱਧਰ ਵੀ ਅਤੇ ਇੱਧਰ ਵੀ ਇਹ ਆਮ ਘਰਾਂ ਨਾਲੋਂ ਮਹਿੰਗੇ ਕਰਕੇ ਵੇਚਦੇ ਕਿਉਂਕਿ ਇੱਥੇ ਲੇਕ ਵਿਊ ਆ ਸਕੀਮ ਲਾ ਜਾਂਦੇ ਇੱਥੇ ਸਾਰਿਆਂ ਨੇ ਮਤਲਬ ਜਿਨ੍ਹਾਂ ਦੀ ਬੈਕ ਯਾਰਡ ਆ ਸਾਰੀ ਆ ਠੀਕ ਆ ਇੱਧਰ ਵੀ ਬੈਕ ਯਾਰਡ ਆ ਅਤੇ ਲੋਕਾਂ ਨੂੰ ਕੀ ਹੁੰਦਾ ਇਹ ਵਿਊ ਕਹਿ ਕੇ ਵੀ ਤੁਹਾਡੇ ਲੇਕ ਵਿਊ ਆਊਗਾ ਇਹਦਾ ਰੇਟ ਆਮ ਨਾਲੋਂ 50-60 ਹਜ਼ਾਰ ਲੱਖ ਵਧਾ ਦਿੰਦੇ ਉਹ ਵੇਚਣਾ ਡੱਗ ਵੀ ਘੈਂਟ ਆ ਵੀ ਜਿਹੜਾ ਸਕੂਨ ਦਾ ਆਉਂਦਾ ਆਨੰਦ ਠੰਡੀ ਠੰਡੀ ਹਵਾ ਚੱਲਦੀ ਆ ਅੱਜ ਅਸੀਂ ਕੋਟ ਕੱਟ ਲਾ ਕੇ ਸੈੱਟ ਹੀ ਆਏ ਵਾਰਮਰ ਵੀ ਨਹੀਂ ਪਾਏ ਅਸੀਂ ਅੱਜ ਵੇਖੀ ਜਾਊਗੀ ਜਿੱਦਾਂ ਦੀ ਹਵਾ ਲੱਗੂਗੀ ਬੋਡੀ ਨੂੰ ਫੇਰ ਹੀ ਵਧੀਆ ਲੱਗੂ ਅੱਜ ਨਾ ਐਡੀ ਵਧੀਆ ਹਵਾ ਚੱਲਦੀ ਪਈ ਜਦੋਂ ਐਂ ਕਰਕੇ ਖੜ੍ਹੇ ਆ ਨਾ ਕੱਛਾਂ 'ਚ ਵੀ ਠੰਡੀ ਠੰਡੀ ਹਵਾ ਵੱਜਦੀ ਹੈ ਨਹੀਂ ਸੌਖਾ ਹੀ ਹੁੰਦਾ ਕੰਮ ਇਹ ਫੁਕਰੀ ਆ ਤੋੜ ਦੋਗੇ ਤੋੜ ਦੋਗੇ ਰਹਿਣ ਦੋ ਜਵਾਕ ਜੁਗਾ ਰਹਿਣ ਦੋ ਸੀਟ ਆ ਝੂਟ ਲੈਣ ਨੂੰ ਦੇਖੋ ਛੋਟੇ ਬੱਚੇ ਫੜਨ ਲੱਗੇ ਫਸ ਜੂੰਗੇ ਏਜੀ ਬਹੁਤ ਆ ਯਾਰ ਆਜਾ ਓਕੇ ਇੱਥੇ ਪਤਾ ਕੀ ਬੰਦਾ ਹੈਗਾ ਆਪਣੇ ਜਿਹੜੀ ਘੜੀਸੀ ਹੁੰਦੀ ਨਾ ਸਿੱਧੀ ਥੱਲੇ ਲੱਗ ਜਾਂਦੀ ਹੁੰਦੀ ਆ ਉਹ ਕੀ ਆ ਅਤੇ ਜਵਾਕ ਤਾਂ ਜਿਹੜੇ ਚਿੱਤੜ ਭੰਨੇ ਜਾਂਦੇ ਆ ਅਤੇ ਜਿਹੜਾ ਇੱਥੇ ਹੁੰਦੀ ਨਾ ਇਹ ਉੱਚੀ ਆ ਉੱਚੀ ਕਿਉਂ ਵੀ ਜਦੋਂ ਬੰਦਾ ਝੂਟਾ ਲੈਂਦਾ ਨਾ ਅਤੇ ਬੰਦੇ ਦੇ ਪੈਰ ਸਿੱਧੇ ਪੈਰ ਲੱਗ ਜਾਂਦੇ ਮੁੜ ਕੇ ਸਿੱਧਾ ਥੱਲੇ ਨਹੀਂ ਵੱਜਦਾ ਬੰਦਾ ਵਧੀਆ ਯਾਰ ਇੱਥੇ ਤਰੀਕਾ ਵਧੀਆ ਨਾ ਝੂਟ ਲੈਣ ਦਾ ਨਹੀਂ ਮਤਲਬ ਉਵੇਂ ਨਾਲੋਂ ਵਧੀਆ ਲੱਗਿਆ ਜਿਵੇਂ ਆਪਣੇ ਤਾਂ ਸਿੱਧਾ ਥੱਲੇ ਹੀ ਵੱਜਦਾ ਬੰਦਾ ਸਿੱਧਾ ਮਤਲਬ ਫਰਸ਼ 'ਤੇ ਹੀ ਵੱਜਦਾ ਇਹ ਉੱਚੀ ਹੁੰਦੀ ਹੈ ਬੰਦੇ ਦੇ ਪੈਰ ਜੇ ਲੱਗ ਜਾਂਦੇ ਸਹੀ ਗੱਲ ਓਕੇ ਅੱਜ ਅਸੀਂ ਜਾਣਾ ਹੈਗਾ ਡਾਊਨ ਟਾਊਨ ਇੱਕ ਸਿਟੀ ਸੈਂਟਰ ਦੇ ਵਿੱਚ ਥੋੜ੍ਹਾ ਜਿਹਾ ਕੰਮ ਸਾਨੂੰ ਸਿਟੀ ਸੈਂਟਰ ਇੱਥੇ ਇੱਕ ਕੋਈ ਉਹ ਆ ਮੈਨੂੰ ਸਟੋਰ ਸੀ ਪਤਾ ਨਹੀਂ ਵੱਡਾ ਮੌਲ ਜਿਹਾ ਠੀਕ ਆ ਉੱਥੇ ਸਾਨੂੰ ਕੋਈ ਕੰਮ ਜੇ ਉਹ ਕੰਮ ਬਣ ਗਿਆ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਇਹ 'ਚ ਦੱਸੂਗਾ ਵੀ ਉਹ ਕੀ ਕੰਮ ਸੀ ਅਤੇ ਕਿਉਂ ਉੱਥੇ ਗਏ ਸੀ ਬਹੁਤ ਖਾਸ ਕੰਮ ਆ ਜਿਹੜੇ ਨਵੇਂ ਹੁੰਦੇ ਉਹਨਾਂ ਵਾਸਤੇ ਜ਼ਿਆਦਾ ਖਾਸ ਆ ਬੱਸ ਨਹੀਂ ਹੈਗੀ ਰੇੜਾ ਉਹ
ਉਹ ਰੇੜਾ ਨਹੀਂ ਹੈ ਚੱਲ ਗਈ ਬੱਸ ਪਰ ਅੱਜ ਬੱਸ ਖਾਲੀ ਖਾਲੀ ਹੈ ਇੱਥੇ ਪੰਜਾਬੀ ਵਾਵਾ ਆਪਣੇ ਪਾਰਕਾਂ ਪੁਰਕਾਂ ਜਾਂਦੇ ਆ ਯਾ ਜਿਹੜੇ ਮੰਮੀ ਡੈਡੀ ਆਪਦੇ ਸੱਦਦੇ ਨੇ ਇੱਥੇ ਇਹ ਫਿਰ ਆਪਣੇ ਮਤਲਬ ਕਿ ਬੱਚੇ ਦੋਤੇ ਦੋਤੀਆਂ ਪੋਤੇ ਪੋਤੀਆਂ ਨੂੰ ਇੱਥੇ ਪਾਰਕਾਂ 'ਚ ਲੈ ਕੇ ਆਉਂਦੇ ਸਾਡੇ ਵਾਲਾ ਪਾਰਕ ਤਾਂ ਖਾਲੀ ਹੈ ਇੱਥੇ ਕਹਿੰਦੇ निकली तो भुख लग जाती है निकली तो फिर भी लग जाती है चर्ची वे कि ਅਸੀਂ ਹੈਗੇ ਡਾਊਨਟਾਊਨ ਦੇ ਵਿੱਚ ਓਕੇ ਜੀ ਅਸੀਂ ਹੁਣ ਜਾਣਾ ਹੈਗਾ ਕੈਲਗਰੀ ਦੇ ਕਮੇਟੀ ਹਾਊਸ ਜਿਵੇਂ ਸਾਡੇ ਕੋਟਕਪੂਰੇ ਵਿੱਚ ਕਮੇਟੀ ਹੁੰਦੀ ਹੈ ਕਮੇਟੀ ਹਾਊਸ ਹੀ ਹਾਂ ਇੱਥੇ ਵੀ ਕਮੇਟੀ ਹਾਊਸ ਮਿਊਨਸੀਪਲ ਕਮੇਟੀ ਹੈਗੀ ਉੱਥੇ ਜਾਣਾ ਦੈਨ ਅਸੀਂ ਅੱਜ ਕੋਈ ਹੀਲਾ ਕਰਨਾ ਬਹੁਤ ਤਕੜਾ ਹੀ ਓਕੇ ਸਟੇਸ਼ਨ ਤੋਂ ਅਸੀਂ ਆ ਗਏ ਮਿਊਨਸੀਪਲ ਆਫਿਸ ਕਿੱਥੇ ਇਹਦੇ ਚੋਂ लोग उत्थे कर देंगे होने नहीं तो अच बंद लगता आप पता लगू किधर जाना आ ठंडे ठंडे पीन भी रखे कई बार बंदे भुख ही लगी होंगी है जो साडे अर्गे होंगे आगी है मैनू लग्या कि सेहरा बना के टंगे वे चांदी का है ना जयपुर इंडिया है बड़ी मशहूर की थी भी है हरेक जगह की निशानी रखी हुई है अड अड मतलब कंट्री ने जिवें मैक्सीको विच आ चीज़ा फेमस आ चाइना च आह चीज़ा फेमस आ मतलब जिन्ना चीज़ा करके जड़ी कंट्री जानी जाती रखी हुई बना के जिमें यू एस ओ बच ये उतने साइन है जेडे रखे सर चलो की है चाइना का वैसे लगता हवा जयपुर का हवा घर ही लगता हवा महल जड़ा आ की अमन दरख्तों को साफ कर दे तो छोटी बिल्डिंग देखो तेन बारह दिन सेम वड्डी बिल्डिंग दिखाऊंगा जिहड़ी ओरिजिनल बनी हुई है आखो इधर शिप आखो फोटो बाद लाली तोड़ना नहीं इधर ही बनाया वेखन दिया की है घंटा यार साडे कमेटी आज दाना तो थुक्या ब्याह का भइया ने मुश्क मारदा हुंदा थर्ड फ्लोर ते चल तुरी चल तुरी चल तुरी चल जा जा फिर उठ जा ओके पौड़ियां चढ़ के थर्ड फ्लोर ते असीं उतरना खिंच लो बस खिंच लो बस पाड़ लेना आपका नंबर इतने सीटा च बह जाना इतने फार्म भरना ओके जी जो काम अभी करना आए थे सूँ फार्म मिल गया हम सू एक होर सेंटर के जाना पैना एक बार वो सेंटर जावे की नॉन सेंस वाले काम कर दिए ओके असं देखते हैं दूजे सेंटर के जावे ओके जी ओके जी शेर आ गया जोड़ा काम अभी करना से अद्धा रह गया आधा घंटा यार इतना वधिया ठंडा ठंडा जहा
होमलैस वाले का लगता मैं जहाँ चीज़ा किसी ने डोनेट की होनी घंटा घर नहीं गा चर्च है ये चर्च है इतों की घंट वैसे इधर आके ना ए भी लगता ना पर पहला जो नवे नवे आए उदो लगता डाउन टाउन एरिए डर लगता हूँ ये भी सौखा जहा लगता रेगूलर जहा लगता हूँ असी जी लास्ट वीडियो पाई सी ना इस पर पाई सी टावर से ना सारे नू पता कर लिया भी जो काम से चले बनूगा कि नहीं इन पुछद बनूगा काम साडा कि नहीं छड़ दे छड़ दी नहीं बनूगा काम साडा कि नहीं बनूगा 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 काम बनूगा इन्हें कहता काम बनूंगा तो बनूंगा ये तो बनाने तो बिना ट्राई कर ली सही है मैंने ओके जी काम असी काम केड़े आए थे मालपुरा काम केड़े करते खरीदते कपड़े भरते एक झोला उसके हाथ चा एक झोला मेरे हाथ चा क्लेश तो उस तो बाद होया ना समान खरीद तो बाद कॉफी वाले तो मैं तुम की दसा बस ठीक है अच्छा मैं तुम दसदा असं की किया क्योंकि हम गोटा काटा ना ऑफ चली जाए असं क्या अगली सर्दी की तैयारी कर लीए पहले समान लग रहा सही है ना असं वो ले आंदा है।